ਬੀਤੇ ਦਿਨੀ ਮੁਕਤਸਰ ਸਾਹਿਬ ਵਿਖੇ ਪੁੱਤਾਂ ਦੇ ਵੱਲੋਂ ਦੁਰਕਾਰੀ 80 ਸਾਲਾ ਬਜ਼ੁਰਗ ਮਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਕਿਉਂਕਿ ਉਸਦੇ ਸਿਰ ਦੇ ਵਿੱਚ ਕੀੜੇ ਪੈ ਜਾਂਦੇ ਨੇ। ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਇੱਕ ਪੁੱਤ ਸਿਆਸਤਦਾਨ ਹੋਵੇ ਤੇ ਦੂਜਾ ਸਰਕਾਰੀ ਅਫਸਰ ਅਤੇ ਉਹਨਾਂ ਦੀ ਮਾਂ ਦੀ ਇਸ ਤਰ੍ਹਾਂ ਮੌਤ ਹੁੰਦੀ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਸਾਹਮਣੇ ਆਉਂਦੀ ਹੈ, ਜਿਸ ਤੋਂ ਬਾਅਦ ਜਿੱਥੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ, ਉੱਥੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਉਸ ਬਜ਼ੁਰਗ ਮਾਤਾ ਦੇ ਸਾਰੇ ਧੀਆਂ ਪੁੱਤਾਂ ਨੂੰ ਤਲਬ ਕੀਤਾ ਜਾਂਦਾ ਹੈ, ਸੰਮਨ ਭੇਜੇ ਜਾਂਦੇ ਨੇ ਅਤੇ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਸਾਰੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਹ ਗੱਲ ਆਖੀ ਜਾਂਦੀ ਹੈ ਕਿ ਇਹਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਸੋ ਅੱਜ ਮੁਕਤਸਰ ਸਾਹਿਬ ਦੇ DC ਦੇ ਵੱਲੋਂ ਇਹਨਾਂ ਬੇਟਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਇਸ ਜੋ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਮੁਕਤਸਰ ਸਾਹਿਬ ਦੇ DC ਨੇ, ਉਸ ਵਿੱਚ ਸਾਫ਼ ਤੌਰ 'ਤੇ ਗੱਲ ਆਖੀ ਗਈ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਗੁੰਮਰਾਹ ਕੀਤਾ ਗਿਆ ਹੈ ਅਤੇ ਇਸ ਕੇਸ ਦੇ ਵਿੱਚ ਜੋ ਉਹਨਾਂ ਦਾ ਬੇਟਾ ਬਲਵਿੰਦਰ ਸਿੰਘ ਸਰਕਾਰੀ ਕਰਮਚਾਰੀ ਹੈ ਉਸ ਨੂੰ ਅਤੇ ਜੋ ਕੇਅਰਟੇਕਰ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦੋਵਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਅੱਜ ਜੋ ਮੁਕਤਸਰ ਸਾਹਿਬ ਦੇ DC ਦੇ ਵੱਲੋਂ ਇਹ ਰਿਪੋਰਟ ਪੇਸ਼ ਕੀਤੀ ਗਈ ਹੈ, 10 ਤੋਂ 12 ਪੰਨਿਆਂ ਦੀ ਰਿਪੋਰਟ ਹੈ ਜਿਸ ਦੇ ਵਿੱਚ ਸਾਰਾ ਘਟਨਾਕ੍ਰਮ ਦਿੱਤਾ ਗਿਆ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਅਤੇ ਦੂਜੇ ਪਾਸੇ ਇਹ ਵੀ ਗੱਲ ਆਖੀ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਜਦੋਂ ਇਹਨਾਂ ਸਾਰੇ ਧੀਆਂ ਪੁੱਤਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਸਮੇਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਗੁੰਮਰਾਹ ਕੀਤਾ ਅਤੇ ਨਾਲ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਸਮਾਜ ਸੇਵੀਆਂ ਦੇ ਵੱਲੋਂ ਉਸ ਬਜ਼ੁਰਗ ਮਾਂ ਜਦੋਂ ਹਾਲਾਤ ਇਸ ਤਰ੍ਹਾਂ ਦੇਖਦੇ ਨੇ ਉਹਨਾਂ ਦੇ ਵੱਲੋਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਾਂ ਜੋ ਸਰਕਾਰੀ ਅਫਸਰ ਪੁੱਤ ਜਿਸਦਾ ਨਾਮ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਹ ਹਸਪਤਾਲ ਦੇ ਵਿੱਚੋਂ ਉਸ ਬਜ਼ੁਰਗ ਮਹਿਲਾ ਨੂੰ ਵਾਪਿਸ ਲੈ ਆਉਂਦਾ ਹੈ, ਯਾਨੀ ਕਿ ਉਸਦਾ ਸੰਪੂਰਨ ਤਰੀਕੇ ਨਾਲ ਇਲਾਜ ਵੀ ਨਹੀਂ ਕਰ ਦਿੱਤਾ ਜਾਂਦਾ। ਡਾਕਟਰਾਂ ਦੀ ਰਿਪੋਰਟ ਦੇ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਹੈ ਕਿਉਂਕਿ ਮਾਂ ਦਾ ਇਲਾਜ ਚੱਲਦਾ ਹੁੰਦਾ, ਪਰ ਇਹ ਸਭ ਦੇ ਬਾਵਜੂਦ ਉਹ ਸਰਕਾਰੀ ਅਫਸਰ ਪੁੱਤ ਬਲਵਿੰਦਰ ਸਿੰਘ ਮਾਂ ਨੂੰ ਇਲਾਜ ਦੇ ਦੌਰਾਨ ਹੀ ਘਰੇ ਵਾਪਿਸ ਲੈ ਆਉਂਦਾ। ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਲਵਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਆਖਿਰ ਤੁਹਾਡਾ ਜ਼ਮੀਨ ਦਾ ਕੀ ਰੌਲਾ ਹੈ, ਤਾਂ ਉਸ ਸਮੇਂ ਬਲਵਿੰਦਰ ਸਿੰਘ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਆਪਣੀ ਮਾਂ ਨੂੰ ਉਸ ਆਪਣੇ ਪਲਾਟ ਦੇ ਵਿੱਚ ਰੱਖਿਆ ਗਿਆ ਸੀ। ਪਰ ਹੁਣ ਜੋ DC ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਹੈ ਉਸ ਵਿੱਚ ਸਾਫ਼ ਤੌਰ 'ਤੇ ਗੱਲ ਆਖੀ ਗਈ ਹੈ ਕਿ ਇਸ ਜ਼ਮੀਨ ਦਾ ਕੋਈ ਰੌਲਾ ਨਹੀਂ ਸੀ ਅਤੇ ਜਿਸ ਜ਼ਮੀਨ ਦੀ ਗੱਲ ਬਲਵਿੰਦਰ ਸਿੰਘ ਕਰ ਰਹੇ ਨੇ ਉਹ ਜ਼ਮੀਨ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਕਿਸੇ ਨੂੰ ਵੇਚ ਦਿੱਤੀ ਗਈ ਹੈ, ਯਾਨੀ ਕਿ ਸਿੱਧੇ ਤੌਰ 'ਤੇ ਬਲਵਿੰਦਰ ਸਿੰਘ ਨੇ ਗੁੰਮਰਾਹ ਕੀਤਾ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ। ਦੂਜੇ ਪਾਸੇ ਜੋ ਸਿਆਸਤਦਾਨ ਪੁੱਤਰ ਹੈ ਰਜਿੰਦਰ ਸਿੰਘ ਰਾਜਾ, ਸ਼੍ਰੋਮਣੀ ਅਕਾਲੀ ਦਲ ਜੋ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਹੈ ਉਸਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ, ਹਾਲਾਂਕਿ ਉਹ ਤਾਂ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਉਹ 30 ਸਾਲਾਂ ਤੋਂ ਅੱਡ ਰਹਿ ਰਹੇ ਨੇ, ਪਰਿਵਾਰ ਦੇ ਨਾਲ ਉਹਨਾਂ ਦਾ ਕੋਈ ਵੀ ਰਾਬਤਾ ਨਹੀਂ ਹੈ। ਪਰ ਦੂਜੇ ਪਾਸੇ ਹੁਣ ਬਲਵਿੰਦਰ ਸਿੰਘ 'ਤੇ ਵੱਡੀ ਕਾਰਵਾਈ ਜੋ ਹੈ ਹੁਣ ਗਾਜ ਡਿੱਗਣ ਜਾ ਰਹੀ ਹੈ ਕਿਉਂਕਿ ਨਾ ਤਾਂ ਬਲਵਿੰਦਰ ਸਿੰਘ ਨੇ ਆਪਣੀ ਬਜ਼ੁਰਗ ਮਾਂ ਮਹਿੰਦਰ ਕੌਰ ਦਾ ਧਿਆਨ ਰੱਖਿਆ ਅਤੇ ਨਾ ਹੀ ਜੋ ਕੇਅਰਟੇਕਰ ਹਾਇਰ ਕੀਤਾ ਗਿਆ ਸੀ 4000 ਰੁਪਏ ਮਹੀਨੇ ਦੇ ਵਿੱਚ ਉਸਦੇ ਵੱਲੋਂ ਵੀ ਨਹੀਂ ਧਿਆਨ ਰੱਖਿਆ ਗਿਆ ਅਤੇ 20 ਫੁੱਟ ਦੀਆਂ ਗਾਰੇ ਵਾਲੀਆਂ ਕੰਧਾਂ ਦੇ ਵਿੱਚ ਉਸ ਬਜ਼ੁਰਗ ਮਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਜਿੱਥੇ ਕਿ ਕਾਫ਼ੀ ਹਾਲਤ ਉਸਦੀ ਬਦਤਰ ਹੋ ਜਾਂਦੀ ਹੈ ਅਤੇ ਸਿਰ ਦੇ ਵਿੱਚ ਕੀੜੇ ਪੈ ਜਾਂਦੇ ਨੇ, ਜਿਸ ਤੋਂ ਬਾਅਦ ਸਮਾਜ ਸੇਵੀਆਂ ਦੇ ਵੱਲੋਂ ਉਸ ਬਜ਼ੁਰਗ ਮਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਪਰ ਜਦੋਂ ਸਰਕਾਰੀ ਅਫਸਰ ਬਲਵਿੰਦਰ ਸਿੰਘ ਨੂੰ ਇਸ ਗੱਲ ਦੀ ਭਣਕ ਲੱਗਦੀ ਹੈ ਤਾਂ ਉਹ ਉੱਥੋਂ ਵੀ ਆਪਣੀ ਬਜ਼ੁਰਗ ਮਾਂ ਨੂੰ ਵਾਪਸ ਲੈ ਆਉਂਦਾ ਹੈ, ਯਾਨੀ ਕਿ ਇਹ ਅੱਜ ਜੋ ਰਿਪੋਰਟ ਪੇਸ਼ ਕੀਤੀ ਹੈ ਮੁਕਤਸਰ ਸਾਹਿਬ ਦੇ DC ਦੇ ਵੱਲੋਂ ਉਸਦੇ ਵਿੱਚ ਇਹ ਵੱਡੇ ਖੁਲਾਸੇ ਹੋਏ ਨੇ। ਸੋ ਜਿਸ ਤੋਂ ਬਾਅਦ ਜ਼ਾਹਿਰ ਜੀ ਗੱਲ ਹੈ ਕਿ ਛੇਤੀ ਹੀ ਪੁੱਤ ਬਲਵਿੰਦਰ ਸਿੰਘ ਅਤੇ ਜੋ ਕੇਅਰਟੇਕਰ ਹਾਇਰ ਕੀਤਾ ਸੀ ਉਸਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕੀ ਕਹਿਣਾ ਹੈ ਅਤੇ ਫਿਰ ਤੁਹਾਨੂੰ ਸੁਣਾਵਾਂਗੇ ਕਿ ਜਦੋਂ ਮਹਿਲਾ ਕਮਿਸ਼ਨ ਦੇ ਵੱਲੋਂ ਇਹਨਾਂ ਦੋਵੇਂ ਧੀਆਂ ਪੁੱਤਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਉਸ ਸਮੇਂ ਮੀਡੀਆ ਦੇ ਵੱਲੋਂ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਕਿਸ ਤਰ੍ਹਾਂ ਸਵਾਲਾਂ ਤੋਂ ਭੱਜਦੇ ਵਿਖਾਈ ਦਿੰਦੇ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਮਨੀਸ਼ਾ ਗੁਲਾਟੀ ਦਾ, ਜਿਸ ਦੇ ਵੱਲੋਂ ਜੋ ਮੁਕਤਸਰ ਸਾਹਿਬ ਦੇ DC ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਬਾਰੇ ਕੀ ਕਹਿਣਾ ਕਿ ਮੁਕਤਸਰ ਵਾਲੇ ਮਾਮਲੇ ਕੀ ਪਿਛਲੇ ਦਿਨੋਂ ਜੋ ਇੱਕ ਮੁਕਤਸਰ ਕਾ ਮੈਟਰ ਹੁਆ, ਮਾਤਾ ਜੀ ਕੀ ਅਨਦੇਖੀ ਕੀ ਵਜ੍ਹਾ ਸੇ ਬਦਕਿਸਮਤੀ ਸੇ ਉਨਕੀ ਡੈਥ ਹੋ ਗਈ।
तो आज उस मैटर की हमने जो मुक्सर में एडमिनिस्ट्रेशन को निर्देश दिए थे सख्त से सख्त कार्रवाई करने के, सीनियर सिटीजन एक्ट के अधीन जो भी कानून बनता है, तो आज उसकी मुक्सर डिप्टी एडमिनिस्ट्रेशन द्वारा, डिप्टी कमिश्नर द्वारा हमें ये 10 पेज की रिपोर्ट भेज दी गई है। उसके बारे में मैंने आप सबको बताना था कि जो रिपोर्ट आई गई है, जो हम मुक्सर के डिप्टी कमिश्नर ने जिन लोगों को दोषी पाया है, उन्होंने SSP को उस पर कानूनी कार्रवाई करने के लिए, FIR करने के लिए भेज दिया है। उसमें जो दोषी पाया गया है उनका एक बेटा, जो कि उस दिन जब मैंने हेयरिंग के दौरान उनसे बात की थी, बार बार पूछा गया था कि माता जी की और आपके फादर की कोई प्रॉपर्टी है, तो मुझे बार बार कमीशन को भी गुमराह करने की कोशिश की गई। मुझे बार बार यही बताया गया कि एक प्लॉट सरकार द्वारा हमें दिया गया था, वो वहीं पर है। तो मेरा पूछने पर कि क्या सरकार उसे टेक ओवर कर ले, 3 बार मैंने पूछा था क्या सरकार उसे टेक ओवर कर ले, तो उनका कोई जवाब नहीं था, वो चुप करके बैठे रहे। अब जो रिपोर्ट आई है उसमें है कि एक मकान था जिसमें माता जी रहती थी, जो कि उनके बेटे बलविंदर द्वारा, जिसे कि डिप्टी कमिश्नर ने दोषी पाया है कि माता जी उनके साथ ही रहती थी, बेच दिया गया था वो मकान। उसके बाद राजेश दावड़ा नाम के बंदे को उस केयर टेकर के रूप में अपॉइंट किया गया था, 4,000 रुपए उसको देते थे वो, जिसने की पूरी तरह ड्यूटी नहीं निभाई, उनसे पैसे लेता रहा, और उसको भी एडमिनिस्ट्रेशन ने उतना ही दोषी पाया है कि पैसे लेने के बावजूद उसने केयर नहीं की। छोटी सी एक पत्थर की वो झोपड़ी सी बना के उसमें माता जी को डाल दिया गया, जो कि एक महंत द्वारा और देखा गया और पुलिस को बुला के इन्फॉर्म किया गया। पर जो अब ये रिपोर्ट आई है, उस रिपोर्ट में एक और बात ये लिखी गई है कि डॉक्टरों ने भी मरीज को भगोड़ा करार दिया। एक ये बड़ी ही दुखदायी बात है कि हॉस्पिटल भी माता जी को पहुंचाने के बाद उनके बेटे बलविंदर द्वारा माता जी को हॉस्पिटल से ट्रीटमेंट भी नहीं मिला, उठा के ले आया, जो कि बहुत ही दुखदायी है। मैं इसकी कड़ी निंदा करती हूँ कि मेडिकल स्टाफ ढूंढता रहा, डॉक्टर ने अपनी रिपोर्ट में लिखा कि माता जी को दाखिल होने की जरूरत थी, मरीज को भगोड़ा करार दे दिया गया, तो वो भी एक बहुत दुखदाई है। तो एडमिनिस्ट्रेशन ने बलविंदर को और जो केयर टेकर था उसको दोषी ठहराते हुए SSP को ये रिपोर्ट भेज दी है, कानूनी कार्रवाई करने के लिए FIR दर्ज होगी, सीनियर सिटीजन एक्ट के अधीन जो भी अब कार्रवाई बनती है इन दोनों पर होगी। आज सेंट्रल गवर्नमेंट ने अनाउंसमेंट किया है कि सीनियर सिटीजन के लिए पहली बार इंडिया में एक हेल्पलाइन नंबर जारी होने जा रहा है। ਸੋ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਇਹ ਪਹਿਲਾ ਮਾਮਲਾ ਨਹੀਂ ਸੀ, ਮੁਕਤਸਰ ਸਾਹਿਬ ਤੋਂ ਬਾਅਦ ਸੋਨੀਪਤ ਤੋਂ ਵੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਨੂੰਹ ਦੇ ਵੱਲੋਂ ਆਪਣੀ ਸੱਸ ਤੇ ਤਸ਼ੱਦਦ ਢਾਇਆ ਜਾ ਰਿਹਾ ਸੀ, ਉਸ ਨਾਲ ਮਾਰ ਕੁਟਾਈ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਦੇ ਵਿੱਚ ਵੀ ਅਜਿਹੀ ਤਸਵੀਰ ਆਈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਬਜ਼ੁਰਗ ਮਾਂ, ਤੇ ਪਿਛਲੀ ਗਲੀ ਦੇ ਵਿੱਚ ਹੀ ਇੱਕ ਵੱਡੀ ਕੋਠੀ ਦੇ ਵਿੱਚ ਉਸਦੇ ਪੁੱਤ ਰਹਿੰਦੇ ਸਨ, ਪਰ ਇਹ ਸਭ ਦੇ ਬਾਵਜੂਦ ਉਸ ਮਾਂ ਨੂੰ ਦਰਦਾਂ ਦੀਆਂ ਠੋਕਰਾਂ ਖਾਣ ਦੇ ਲਈ ਸੁੱਟ ਦਿੱਤਾ ਗਿਆ, ਤੇ ਇੱਕ ਦੁਕਾਨ ਦੇ ਵਿੱਚ ਉਹ ਮਾਂ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਸੋ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਅਜਿਹੇ ਲੋਕਾਂ ਦੇ ਉੱਤੇ ਸਖ਼ਤ ਕਾਰਵਾਈ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ, ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ, ਤੇ ਹੁਣ ਕੇਂਦਰ ਸਰਕਾਰ ਛੇਤੀ ਹੀ ਬਜ਼ੁਰਗਾਂ ਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਸਕਦੀ ਹੈ, ਜਿਸ ਦੇ ਵਿੱਚ ਜੇਕਰ ਕਿਸੇ ਵੀ ਬਜ਼ੁਰਗ ਦੇ ਨਾਲ ਘਰ ਦੇ ਵਿੱਚ ਇਸ ਤਰ੍ਹਾਂ ਤਸ਼ੱਦਦ ਢਾਇਆ ਜਾਂਦਾ ਹੈ ਜਾਂ ਨੂੰਹਾਂ ਪੁੱਤਾਂ ਦੇ ਵੱਲੋਂ ਉਹਨਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਹੈ, ਤਾਂ ਉਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਬਜ਼ੁਰਗ ਆਪਣਾ ਦੁੱਖੜਾ ਪ੍ਰਸ਼ਾਸਨ ਨੂੰ ਦੱਸ ਸਕਦੇ ਨੇ, ਤੇ ਅਜਿਹੇ ਧੀਆਂ ਪੁੱਤਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੇ ਤੁਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਬਿਆਨ ਸੁਣਿਆ, ਜਿਸ ਦੇ ਵਿੱਚ ਉਹਨਾਂ ਸਾਫ਼ ਤੌਰ ਤੇ ਗੱਲ ਆਖੀ ਕਿ ਉਹਨਾਂ ਧੀਆਂ ਪੁੱਤਾਂ ਦੇ ਵੱਲੋਂ, ਅੰਮ੍ਰਿਤਸਰ ਦੇ ਬਜ਼ੁਰਗ ਮਾਂ ਦੇ ਜੋ ਧੀਆਂ ਪੁੱਤ ਨੇ ਉਹਨਾਂ ਦੇ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਗੁੰਮਰਾਹ ਵੀ ਕੀਤਾ ਗਿਆ, ਤੇ ਦੋ ਵੱਡੇ ਖੁਲਾਸੇ ਹੋਏ ਨੇ ਕਿ ਬਲਵਿੰਦਰ ਸਿੰਘ ਦੇ ਵੱਲੋਂ ਜੋ ਜ਼ਮੀਨ ਦੀ ਗੱਲ ਆਖੀ ਜਾ ਰਹੀ ਸੀ ਉਹ ਜ਼ਮੀਨ ਕਾਫੀ ਸਮਾਂ ਪਹਿਲਾਂ ਹੀ ਵੇਚ ਦਿੱਤੀ ਗਈ ਹੈ, ਤੇ ਨਾਲ ਹੀ ਜਦੋਂ ਬਜ਼ੁਰਗ ਮਾਂ ਮਹਿੰਦਰ ਕੌਰ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਬਲਵਿੰਦਰ ਸਿੰਘ ਦੇ ਵੱਲੋਂ ਆਪਣੀ ਮਾਂ ਨੂੰ ਵਾਪਿਸ ਲਿਆਂਦਾ ਗਿਆ ਇਲਾਜ ਦੇ ਦੌਰਾਨ, ਅਤੇ ਉਸਦਾ ਸੰਪੂਰਨ ਤਰੀਕੇ ਨਾਲ ਇਲਾਜ ਵੀ ਨਹੀਂ ਹੋ ਦਿੱਤਾ, ਤੇ ਜਿਹੜਾ ਕੇਅਰ ਟੇਕਰ ਦਾ ਪ੍ਰਬੰਧ ਕੀਤਾ ਗਿਆ ਸੀ ਉਸਨੂੰ 4,000 ਰੁਪਇਆ ਮਹੀਨਾ ਦਿੱਤਾ ਜਾ ਰਿਹਾ ਸੀ, ਪਰ ਇਹ ਸਭ ਦੇ ਬਾਵਜੂਦ ਉਸ ਕੇਅਰ ਟੇਕਰ ਦੇ ਵੱਲੋਂ ਬਜ਼ੁਰਗ ਮਾਂ ਦਾ ਧਿਆਨ ਨਹੀਂ ਰੱਖਿਆ ਗਿਆ।
ਹੁਣ ਤੁਹਾਨੂੰ ਸੁਣਾਉਂਦੇ ਆ ਕਿ ਆਖਿਰ ਇਹ ਜੋ ਸਿਆਸਤਦਾਨ ਪੁੱਤ ਰਾਜਿੰਦਰ ਰਾਜਾ ਤੇ ਨਾ ਹੀ ਸਰਕਾਰੀ ਅਫਸਰ ਪੁੱਤ ਬਲਵਿੰਦਰ ਸਿੰਘ ਨੂੰ ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਤਲਬ ਕੀਤਾ ਗਿਆ ਸੀ 24 ਅਗਸਤ ਨੂੰ ਅਤੇ ਉਹਨਾਂ ਨੇ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਕੋਲ ਆਪਣਾ ਸਪਸ਼ਟੀਕਰਨ ਦਿੱਤਾ, ਉਸ ਤੋਂ ਬਾਅਦ ਬਾਹਰ ਆਏ ਤਾਂ ਦਫ਼ਤਰ ਤੋਂ ਬਾਹਰ ਮੀਡੀਆ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਗਏ ਤੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਇਹਨਾਂ ਸਵਾਲਾਂ ਤੋਂ ਭੱਜਦੇ ਵਿਖਾਈ ਦਿੱਤੇ, ਉਲਟਾ ਮੀਡੀਆ ਤੇ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ ਕਿ ਜੇਕਰ ਉਹਨਾਂ ਦੀ ਭੈਣ ਨੂੰ ਕੁਛ ਹੋ ਜਾਂਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ। ਲਗਾਤਾਰ ਮੀਡੀਆ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਗਏ ਕਿ ਤੁਸੀਂ ਆਪਣਾ ਪੱਖ ਕੀ ਰੱਖਿਆ, ਕਿ ਕਿਉਂ ਇਸ ਤਰ੍ਹਾਂ ਤੁਹਾਡੀ ਬਜ਼ੁਰਗ ਮਾਂ ਦੀ ਹਾਲਤ ਹੋਈ, ਕਿਉਂ ਨਹੀਂ ਤੁਸੀਂ ਧਿਆਨ ਰੱਖਿਆ, ਪਰ ਉਹ ਚੁੱਪਚਾਪ ਵਿਖਾਈ ਦਿੱਤੇ, ਨਾ ਤਾਂ ਬਲਵਿੰਦਰ ਸਿੰਘ ਬੋਲਦੇ ਵਿਖਾਈ ਦਿੱਤੇ ਅਤੇ ਨਾ ਹੀ ਉਹਨਾਂ ਦੀ ਭੈਣ ਬੋਲਦੀ ਵਿਖਾਈ ਦਿੱਤੀ। ਦੂਜੇ ਪਾਸੇ ਸਿਆਸਤਦਾਨ ਪੁੱਤ ਰਾਜਿੰਦਰ ਰਾਜਾ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਮੀਡੀਆ ਤੇ ਭੜਕਦੇ ਵਿਖਾਈ ਦਿੱਤੇ ਤੇ ਇਹ ਗੱਲ ਜ਼ਰੂਰ ਕਹਿ ਰਹੇ ਸਨ ਕਿ ਉਹਨਾਂ ਨੂੰ ਆਪਣੀ ਮਾਂ ਦੇ ਜਾਣ ਦਾ ਦੁੱਖ ਹੈ, ਪਰ ਮੈਨੂੰ ਇਹ ਸਾਰੇ ਮਾਮਲੇ ਦਾ ਪਤਾ ਹੀ ਨਹੀਂ ਸੀ ਕਿਉਂਕਿ ਮੈਂ 30 ਸਾਲਾਂ ਤੋਂ ਵੱਖ ਰਹਿ ਰਿਹਾ। ਆ ਤੁਹਾਨੂੰ ਸਭ ਤੋਂ ਪਹਿਲਾਂ ਸੁਣਾਵਾਂਗੇ ਬਲਵਿੰਦਰ ਸਿੰਘ ਕਿਸ ਤਰ੍ਹਾਂ ਭੱਜਦੇ ਵਿਖਾਈ ਦਿੱਤੇ ਤੇ ਫਿਰ ਰਾਜਿੰਦਰ ਰਾਜਾ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਕੇ ਆਪਣਾ ਸਪਸ਼ਟੀਕਰ ਦੇਣ ਤੋਂ ਬਾਅਦ ਕੀ ਕੁਛ ਕਿਹਾ। ਕੁਛ ਦੱਸਣਾ ਚਾਹੋਗੇ ਤੁਸੀਂ? ਕੁਛ ਨਹੀਂ ਦੱਸਣਾ। ਇਸ ਤਰ੍ਹਾਂ ਦੀ ਇੰਨੀ ਬੁਰੀ ਹਾਲਤ 'ਚ ਕਿਉਂ ਭੇਜਿਆ ਮਾਂ ਨੂੰ? ਫਿਰ ਭਾਅ ਜੀ ਇਹ ਸਵਾਲ ਤਾਂ ਹੁਣ ਪੁੱਛੇ ਜਾਣਗੇ ਤੁਹਾਡੇ ਤੋਂ। ਅੱਜ ਤੁਸੀਂ ਕਮਿਸ਼ਨ ਸਾਹਮਣੇ ਪੇਸ਼ ਹੋਏ ਆ, ਕੀ ਗੱਲਬਾਤ ਹੋਈ ਹੈ? ਤੁਸੀਂ ਕੀ ਆਪਣਾ ਪੱਖ ਰੱਖਿਆ ਉੱਥੇ? ਇਹ ਤਾਂ ਦੱਸ ਸਕਦੇ ਕੀ ਪੱਖ ਰੱਖਿਆ ਜੋ ਤੁਸੀਂ ਆਪਣਾ? ਕੋਈ ਪੱਖ ਨਹੀਂ ਦੱਸਿਆ। ਹਾਂਜੀ, ਕੀ ਪੱਖ ਰੱਖਿਆ ਤੁਸੀਂ, ਕੀ ਕਿਹਾ ਕਮਿਸ਼ਨ ਨੂੰ, ਇਹ ਦੱਸ ਦਿਓ। ਬਾਕੀ ਨਾ ਦੱਸੋ, ਇਹੀ ਦੱਸ ਦਿਓ। ਤੁਸੀਂ ਕੁਛ ਕਹਿਣਾ ਚਾਹੋਗੇ ਜੀ ਕਿ ਤੁਹਾਡੀ ਮਾਂ ਸੀਗੀ ਕਿਉਂ ਇਸ ਤਰੀਕੇ ਦੀ ਹਾਲਤ 'ਚ ਉਹ ਪਹੁੰਚੇ ਹੈ ਜੀ? ਮੇਰਾ ਦਿਲ ਧੜਕਾ ਵਾ ਅਤੇ ਮੈਂ ਤੁਹਾਨੂੰ ਲੈਣ ਜਾ। ਅੱਛਾ, ਅਤੇ ਕੀ ਕਿਉਂ ਇਸ ਤਰ੍ਹਾਂ ਦੀ ਹਾਲਤ ਹੋਈ ਉਹਨਾਂ ਦੀ ਕਿ ਉਹਨਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਆਉਣਾ ਪਿਆ? ਤੁਹਾਡਾ ਭਰਾ ਕਹਿ ਰਿਹਾ ਕਿ ਮੈਨੂੰ 30 ਸਾਲ ਹੋ ਗਏ ਉਹਨਾਂ ਤੋਂ ਮਿਲੇ ਹੋਏ, ਕਿ ਇਸ ਤਰ੍ਹਾਂ ਇਹਦੇ 'ਚ ਕੋਈ ਸੱਚਾਈ ਹੈਗੀ ਹੈ ਕਿ 30 ਸਾਲ ਤੋਂ ਨਹੀਂ ਮਿਲੇ ਸੀ ਉਹ? ਨਹੀਂ ਮਿਲੇ ਸੀ 30 ਸਾਲ ਤੋਂ? ਅਤੇ ਕੋਈ ਗੱਲ ਨਹੀਂ ਤੁਸੀਂ ਕਰਨੀ ਜੀ ਮੀਡੀਆ ਨਾਲ, ਤੁਸੀਂ ਆਪਣਾ ਪੱਖ ਤਾਂ ਰੱਖ ਦਿਓ ਵੀ ਕੀ ਉੱਥੇ ਬੋਲਿਆ ਤੁਸੀਂ ਕਮਿਸ਼ਨ ਅੱਗੇ, ਕੀ ਕਮਿਸ਼ਨ ਨੇ ਤੁਹਾਨੂੰ ਕਿਹਾ, ਹੋਰ ਕੀ ਕਹਿੰਦੇ ਕਾਰਵਾਈ ਹੋਣਗੀ? ਕਮਿਸ਼ਨ ਨੂੰ ਮੈਂ ਕਿਹਾ ਜੀ ਮੇਰੀ ਵਾਈਫ ਨੇ ਕਿੰਨੀ ਡੈਮਜ ਨੇ, ਹਾਂਜੀ, ਬਾਗਰ ਕੇਅਰ ਟੇਕਰ ਕੋਲ ਛੱਡਣਾ ਪੈ ਗਿਆ ਬਸ। ਅੱਛਾ ਜੀ, ਅਤੇ ਇਸ ਤਰੀਕੇ ਦੀ ਬੁਰੀ ਹਾਲਤ ਹੋਏਗੀ ਕਿ ਮਾਂ ਦੇ ਸਰੀਰ 'ਚ ਕੀੜੇ ਪੈ ਜਾਣ? ਬੋਲਤਾਂ ਪਲੀਜ਼। ਹਾਂਜੀ, ਮੈਨੂੰ ਸੂਚਨਾ ਮਿਲੀ ਹੁੰਦੀ, ਮੈਨੂੰ ਕਿਸੇ ਨੇ ਵੀ, ਕਿਸੇ ਕੇਅਰਟੇਕਰ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਕਿਸੇ ਸਮਾਜਿਕ ਬੰਦੇ ਨੇ ਮੈਨੂੰ ਅਗਰ ਕਿਹਾ ਹੁੰਦਾ ਤੇ ਮੈਂ ਇਹ ਜ਼ਰੂਰ ਕਰਦਾ। ਮੇਰੀ ਜ਼ਿੰਮੇਵਾਰੀ ਤਾਂ ਬਣਦੀ ਸੀ ਅਗਰ ਮੈਨੂੰ ਪਤਾ ਹੁੰਦਾ, ਤਾਂ ਮੈਂ ਨਿਊਜ਼ 18 ਤੇ ਆਪਦੀ ਸਾਰੀ ਗੱਲ ਸਪਸ਼ਟ ਕਰ ਦਿੱਤਾ ਤੇ ਮੈਂ ਉਸਕਾ ਬੇਟਾ ਥਾ, ਮੈਂ ਇਹ ਦੋਸ਼ ਤਸਲੀਮ ਕਰਤਾ ਹੂੰ ਕਿ ਵੋ ਮੇਰੀ ਮਾਂ ਥੀ, ਮੈਂ ਉਸਕਾ ਬੇਟਾ ਥੇ, ਇਤਨਾ ਮੈਂ ਦੋਸ਼ੀ ਹੂੰ। ਕਿਆ ਕਾਰਨ ਰਹੇ ਕਿ ਮਾਤਾ ਸੇ ਵੀ ਆਪ ਨਹੀਂ ਮਿਲ ਪਾਏ? ਕੁਝ ਮੂਮੈਂਟ ਸੀ, ਕੁਝ ਹਾਲਾਤ ਤੇ ਅਸੀਂ 30 ਸਾਲ ਸੇ ਮੈਂ ਲੱਗ ਰਹਾ ਹੂੰ। ਆਪ ਕਿਸੀ ਸੇ ਪਤਾ ਕਰੇ, ਮੇਰੇ ਭਾਈ ਆ, ਮੇਰੇ ਬਹਿਣ ਜਾਂ ਆ ਰਹੇ ਨੀਚੇ, ਉਨਸੇ ਅਗਰ ਮੇਰਾ ਕੋਈ ਸੋਲਕ ਹੈ ਤਾਂ ਆਪ ਨੇ ਮਾਂ ਕੇ ਬਾਰੇ ਵਿੱਚ ਕਿਉਂ ਨਹੀਂ ਪਤਾ ਕੀਆ? ਮੈਨੂੰ ਇਹ ਪਤਾ, ਮੈਨੂੰ ਇਹ ਬਾਰੇ ਵਿੱਚ ਕਿਉਂ ਪਤਾ ਨਹੀਂ ਕੀਆ? ਤੁਹਾਡੇ ਵੱਲੋਂ ਕੀ ਪੱਖ ਰੱਖਿਆ ਗਿਆ? ਮੈਂ ਤਾਂ ਆਪਦਾ ਪੱਖ ਰੱਖਿਆ, ਮੈਂ ਆਪਦੇ ਭੈਣ ਭਰਾਵਾਂ ਬਾਰੇ ਨਹੀਂ ਜਾਣਦਾ ਕਿ ਮੇਰਾ ਤਲਕ ਨਹੀਂ ਸੀਗਾ, ਮੈਂ ਜੇ ਮੈਨੂੰ ਪਤਾ ਲੱਗਦਾ ਮੈਂ ਜ਼ਰੂਰ ਜਾਂਦਾ। ਅੱਛਾ, ਇਹ ਜੋ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ ਔਰ ਲੋਕੋ ਕੋ ਕਿਆ ਕਹਿਣਾ ਚਾਹੇਂਗੇ, ਕਿਉਂਕਿ ਬਹੁਤ ਸਾਰੇ ਕੇਸ ਗਲਤ ਹੈ, ਕੌਣ ਕਹੇਗਾ ਠੀਕ ਹੈ? ਇਸ ਘਟਨਾ ਕੋ ਕੌਣ ਠੀਕ ਕਹਤਾ? ਮੈਂ ਠੀਕ ਕਹਤਾ ਹੂੰ ਕਿ ਬਹੁਤ ਅੱਛਾ ਹੁਆ ਮੇਰੀ ਮਾਂ ਕੇ ਸਾਥ ਜਾਂ ਮੇਰੇ ਸਾਥ। ਪਰ ਇਸੇ ਦੇ ਹਾਲਾਤ ਕਿਉਂ ਬਨੇ ਜੀ ਕਿ ਉਹਨਾਂ ਨੂੰ ਸੜਕ ਤੇ ਆਣਾ ਪਿਆ? ਸੜਕ ਤੇ ਨਹੀਂ ਆਉਣਾ ਪਿਆ ਜੀ, ਮੇਰੀ ਜਿਹੜਾ ਮੇਰਾ ਭਰਾ, ਹੁਣ ਮੈਨੂੰ ਪਤਾ ਲੱਗਿਆ ਘਟਨਾ ਤੋਂ ਬਾਅਦ ਕਿ ਮੇਰੀ ਜਿਹੜੀ ਭਰਜਾਈ ਹੈ ਜਾਂ ਉਹਦੀ ਵਾਈਫ ਹੈ, ਉਹ ਉਹਦੇ ਦੋਨੇ ਜਿਹੜੀ ਕਿਡਨੀ ਆ ਉਹ ਡੈਮੇਜ ਆ, ਉਹ ਡਾਇਲਸਿਸ ਤੇ ਹੈ, ਘਰੇ ਇਸ ਤਰ੍ਹਾਂ ਦਾ ਮਾਹੌਲ ਸੀ, ਉਹ ਨਹੀਂ ਸੀ ਇੰਤਜ਼ਾਮ ਕਰਦਾ, ਉਹਨੂੰ ਕੋਈ ਕੇਅਰਟੇਕਰ ਰੱਖ ਲਿਆ, ਕੇਅਰਟੇਕਰ ਨਹੀਂ, ਪਰ ਮੈਨੂੰ ਸੂਚਿਤ ਨਹੀਂ ਕੀਤਾ ਗਿਆ। ਮੈਂ ਇਹ ਸਾਰੇ ਤੁਹਾਡੇ ਪੱਤਰਕਾਰਾਂ ਸਾਹਮਣੇ, ਮੈਂ ਕਮਿਸ਼ਨ ਨੂੰ ਵੀ ਕਿਹਾ, ਮੈਂ ਪੁਲਿਸ ਨੂੰ ਵੀ ਕਿਹਾ, ਮੈਂ ਸਾਰਾ ਇਹ ਕਿਹਾ, ਪਰ ਮੈਂ ਇਹਨਾਂ ਦੋਸ਼ੀ ਹੈਗਾ ਕਿ ਉਹ ਮੇਰੀ ਮਾਂ ਸੀ ਤੇ ਮੈਂ ਉਹਦਾ ਬੇਟਾ ਸੀ। ਮੈਨੂੰ ਕਰਨਾ ਚਾਹੀਦਾ, ਮੈਂ ਕੋਈ ਦੋਸ਼ ਮੁਕਤ ਨਹੀਂ ਕਹਿ ਰਿਹਾ, ਮੈਂ ਦੋਸ਼ ਮੁਕਤ ਆਪਣੇ ਆਪ ਨੂੰ ਕਹਿ ਰਿਹਾ ਹੈਗਾ।
ਅਸੀਂ ਸਿਰ ਸਮਝ ਹੈ ਤੁਹਾਡੇ ਤੁਹਾਡੇ ਨਾਲ ਹਮਦਰਦੀ ਵੀ ਹੈਗੀ ਪਰ ਨਹੀਂ ਹਮਦਰਦੀ ਹੁੰਦੀ ਤੁਸੀਂ ਮੈਨੂੰ ਸਹੀ ਗੱਲ ਕਰ ਰਹੇ ਚੰਡੀਗੜ੍ਹ ਦੇ ਬੰਦੇ ਮੇਰੇ ਸ਼ਹਿਰ ਦੇ ਬੰਦਿਆਂ ਨੇ ਮੈਂ ਕਹਿੰਦਾ ਮੇਰੀ ਮਾਂ ਦੀ ਮੌਤ ਹੋ ਗਈ ਕਿਸੇ ਵੀ ਹਾਲਤ ਚ ਹੋ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਵਿਆਖਿਆ ਨਹੀਂ ਜਾਣਾ ਪਰ ਉਹ ਮੌਤ ਤੋਂ ਬਾਅਦ ਜੋ ਉਹਦੀ ਮੇਰੀ ਮਾਂ ਦੀ ਮੌਤ ਤੇ ਸਿਆਸਤ ਹੋਈ ਹੈ ਕੀ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਪਤਾ ਤੁਸੀਂ ਆਪਣੀ ਅੱਖੀਂ ਦੇਖ ਲਿਆ ਕਿ ਕਿਸ ਤਰ੍ਹਾਂ ਇਹ ਦੋਵੇਂ ਪੁੱਤ ਮੀਡੀਆ ਤੋਂ ਬਚਦੇ ਵਿਖਾਈ ਦਿੱਤੇ ਅਤੇ ਬਲਵਿੰਦਰ ਸਿੰਘ ਤਾਂ ਮੀਡੀਆ 'ਤੇ ਇਲਜ਼ਾਮ ਲਗਾ ਰਹੇ ਸਨ ਕਿ ਜੇਕਰ ਕੱਲ੍ਹ ਉਹਨਾਂ ਦੀ ਭੈਣ ਨੂੰ ਕੁਛ ਹੋ ਜਾਂਦਾ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ ਦੂਜੇ ਪਾਸੇ ਸਿਆਸਤਦਾਨ ਪੁੱਤ ਰਾਜਿੰਦਰ ਰਾਜਾ ਵੀ ਕਿਸ ਤਰ੍ਹਾਂ ਭੜਕਦੇ ਵਿਖਾਈ ਦਿੱਤੇ ਪਰ ਅੱਜ ਮੁਕਤਸਰ ਸਾਹਿਬ ਦੇ ਡੀ ਸੀ ਦੇ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ ਉਸਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਅਤੇ ਬਲਵਿੰਦਰ ਸਿੰਘ ਅਤੇ ਕੇਅਰ ਟੇਕਰ 'ਤੇ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਆਖੀ ਗਈ ਹੈ 10 ਤੋਂ 12 ਪੰਨਿਆਂ ਦੀ ਰਿਪੋਰਟ ਦੇ ਵਿੱਚ ਸਾਰਾ ਘਟਨਾਕ੍ਰਮ ਨੂੰ ਬਿਆਨ ਕੀਤਾ ਹੈ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਬਲਵਿੰਦਰ ਸਿੰਘ ਦੇ ਵੱਲੋਂ ਜੋ ਹੈ ਮਹਿਲਾ ਕਮਿਸ਼ਨ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਮੰਗ ਕਰ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ IPC ਦੀ ਧਾਰਾ ਵੀ ਜੋੜੀ ਜਾਵੇ ਤਾਂ ਕਿ ਜਿਹੜੇ ਵੀ ਘਰਾਂ ਦੇ ਵਿੱਚ ਇਸ ਤਰ੍ਹਾਂ ਬਜ਼ੁਰਗਾਂ ਦੇ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ ਉਹਨਾਂ ਦੇ ਲਈ ਇੱਕ ਮਿਸਾਲ ਕਾਇਮ ਹੋਵੇ ਅਤੇ ਕੋਈ ਵੀ ਧੀ ਪੁੱਤ ਜਾਂ ਨੂੰਹ ਆਪਣੇ ਬਜ਼ੁਰਗ ਮਾਪਿਆਂ ਦੇ ਨਾਲ ਅਜਿਹਾ ਮਾੜਾ ਵਤੀਰਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਸੋ ਹੁਣ ਵੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਮੁਕਤਸਰ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਧੀਆਂ ਪੁੱਤਾਂ ਦੇ ਖਿਲਾਫ਼ ਕੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਸ ਜੋ ਮਾਮਲਾ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਬਲਵਿੰਦਰ ਸਿੰਘ ਜਾਂ ਰਾਜਿੰਦਰ ਰਾਜਾ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਸੋ ਜਿੰਨੇ ਵੀ ਸਾਡੇ ਦਰਸ਼ਕ ਇਸ ਲਾਈਵ ਸੈਸ਼ਨ ਦੇ ਰਾਹੀਂ ਦੇਖ ਰਹੇ ਨੇ ਉਹਨਾਂ ਨੂੰ ਸਾਡੀ ਇਹੀ ਅਪੀਲ ਹੈ ਕਿ ਇਸ ਮਾਮਲੇ ਦੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਅਜਿਹੇ ਧੀਆਂ ਪੁੱਤਾਂ ਦੇ ਖਿਲਾਫ਼ ਕਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਇਸ ਬਾਰੇ ਵੀ ਦੱਸਣਾ ਨਾ ਭੁੱਲਣਾ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ ਜੁੜੇ ਰਹੋ ਸਪੋਕਸਮੈਨ TV ਦੇ ਨਾਲ